ਕਾਗਜ਼ ਉੱਤੇ ਯਾਤਰਾ ਰੱਖੀ, ਪੱਗ ਦੇ ਸਿਰ ਪੱਗ ਨਾ ਰੱਖੀ, ਬੁੱਲੇ ਸ਼ਾਹ ਜੀ ਬੰਦੇ ਸੰਗਿਆ, ਮੁਲਕ ਦਾ ਰਾਖਾ ਠੱਗ ਨਾ ਰੱਖੀ। ਇਹ ਸ਼ੇਰ ਤੁਸਾਂ ਵੀ ਇਸ ਬਾਰੇ ਸੁਣਾਇਆ ਕਿ ਤੁਸਾਂ ਜਿਹੜੇ ਟਕਸਵਾਈ ਨੇ ਲੋਕ ਦਿਓ। ਕੱਲ ਅਸਾਂ ਦਾ ਪ੍ਰੋਗਰਾਮ ਸਾਹਿਬ ਭੀਮਲ ਸ਼ਹਿਰ ਦੇ ਵਿੱਚ, ਇਹ ਜਿਹੜਾ ਤੁਸਾਂ ਵਜ਼ੀਰ ਆਜ਼ਮ ਬਣਾਈ ਦਾ ਭੇਜਿਆ ਸਾ ਨਾ, ਜਿਹੜਾ ਰਾਤੀ 12 ਵਜੇ 48 ਵੋਟ ਕੀ ਦੇਸੇ ਸੀ, ਉਸਨੇ ਘਰੇ ਨਾਲ ਉਹਨਾਂ ਰਾਤੀ ਬਹੁਤ ਬੜਾ ਰਿਕਾਰਡ ਬਣਾਇਆ। ਲੇਕਿਨ ਚਕਸਵਾਈ ਨੇ ਲੋਕੋ ਤੁਸਾਂ ਜੀ ਖਰਾਜ ਤਹਿਸੀਲ ਕੇ ਤੁਸਾਂ ਰਿਕਾਰਡ ਤੋੜੀ ਬਣਾਇਆ। ਇਸ ਬਾਰੇ ਤੁਸਾਂ ਰਿਕਾਰਡ ਕਰੋ ਗਿਆ ਕਿ ਜਿਸਲੇ ਬਿੱਲਾਂ ਨਾਲ ਪਈ ਕਾਟ ਹੋਇਆ ਤੇ ਇੱਥੇ ਜਿਹੜੇ ਫਿਰ ਬੇਨ ਛੇਤਰਾ ਸਾਰਾ ਤੂੰ ਸਿਆਸਤ ਕਰਨੇ ਸੇ, ਇੱਥੇ ਨਾ ਵਜ਼ੀਰ ਆਜ਼ਮ ਵੀ ਰਿਹਾ, ਇੱਥੇ ਨੇ ਐਮਐਲਏ ਵੀ ਹਨ, ਵਜ਼ੀਰ ਵੀ ਹਨ, ਸਾਰੇ ਟੈਲੀਫੋਨ ਕਰਨੇ ਸਨ ਲੋਕਾਂ ਦੀ ਕਿ ਤੁਸੀਂ ਬਿੱਲ ਨਾ ਜਾ ਬਿੱਲ ਜਮ੍ਹਾਂ ਕਰਾਓ ਜਾਈਦਾ, ਕਈਆਂ ਬਿੱਲ ਜਮ੍ਹਾਂ ਕਰਾਓ ਕਿ ਇਹ ਜਿੰਨਾ ਗੱਡੀਆਂ ਦੇ ਉੱਪਰ ਵੇਚਦੇ ਫਿਰਨਾ ਉਹ ਤੁਸਾਂ ਨੇ ਖੂਨ ਪਸੀਨੇ ਦੀ ਕਮਾਈ ਹੈ। ਇਸ ਮਾਰਿਆ ਤੁਸਾਂ ਕੀ ਉਹ ਪਾਗਲ ਬਣਾਉਣੇ ਸਨ ਪਿਛਲੇ 6-7 ਸਾਲਾਂ ਦੀ, ਤੁਸਾਂ ਕੀ ਪਾਗਲ ਬਣਾਉਣੇ ਦੇ, ਤੁਸਾਂ ਪਾਗਲ ਹੀ ਬਣਦੇ ਰਹੇ ਹੋ। ਇਹ ਅਵਾਮੀ ਐਕਸ਼ਨ ਕਮੇਟੀ ਜਿਹੜੀ ਆਈ 1 ਸਾਲ ਪਹਿਲੇ ਰਾਵਾ ਕੋਲ ਵਿੱਚੋਂ ਨਿਕਲੀ ਤੇ ਮੀਰਪੁਰੀ ਪੜੀ ਤੇ ਮੀਰਪੁਰੀ ਕੀ ਹੋਈ ਤੇ ਜੇ ਬਲਹਰਾ ਬਹੁਤ ਬਾਹਰ ਨਿਕਲੀ ਤਾਂ ਇਹਨਾਂ ਨੂੰ ਰਾਣਾ ਕੀ ਉਹਨਾਂ ਨੇ ਔਕਾਤ ਦੱਸੀ। ਇਸ ਮਾਰਿਆ ਕਿ ਤੁਸਾਂ ਲੋਕ ਇਕੱਠੇ ਸੀ, ਤੁਸਾਂ ਲੋਕਾਂ ਕੀ ਸ਼ਊਰ ਆਇਆ, ਤੁਸਾਂ ਬੇਦਾਰ ਹੋਏ ਹੋ, ਤੁਸਾਂ ਜਾਗੇ ਹੋ, ਤੁਸਾਂ ਸੁੱਤੇ ਸੀ, ਛਤਰਾ ਸਾਰਾ ਦੋ ਫੀਮ ਖਾਈ ਪੈ। ਇਸ ਮਾਰਿਆ ਜੋ ਫੀਮ ਕਰੀ ਸੀ ਖਾਣਾ ਕੋਈ ਨਹੀਂ ਸਾ ਮਸਾਲ। ਇਸ ਮਾਰਿਆ ਦੇਣਾ ਹੈ ਕਿ ਉਹ ਫੀਮ ਤੁਸਾਂ ਕੀ ਦੇਣੇ ਸੇ ਕਿ ਚੌਧਰੀ ਸਾਹਿਬ ਦਾ ਮਸਲਾ ਆ, ਜੱਟ ਸਾਹਿਬ ਦਾ ਮਸਲਾ ਆ, ਗੁਜਰ ਸਾਹਿਬ ਦਾ ਮਸਲਾ ਆ, ਰਾਜਾ ਸਾਹਿਬ ਸਾਡੀ ਪੱਗ ਜਿਹੜੀ ਹੈ ਇਹ ਪੱਗ ਡਈ ਪਈ ਸੀ ਬਰਾਦਰੀ ਨਹੀਂ ਪੱਗ। ਅੱਜ ਮੈਂ ਕੀ ਦੱਸੋ ਤੁਸਾਂ ਕਿ ਜਿਹੜੇ ਜੱਟ ਬੜੇ ਨੂੰ ਕਸ਼ਮੀਰ ਆਜ਼ਾਦ ਕਰਾਇਆ ਸਾ, ਉਸ ਕਹਿਣਾ ਅਸੀਂ ਸੁਧਰਨ ਦੇ ਨਿੱਕੇ ਸੁਧਰਨ ਜਿਹੜੇ ਚੱਲ ਨਸ ਭਰੇ ਹੋ। ਇਸ ਮਾਰਿਆ ਤੁਸਾਂ ਲੋਕਾਂ ਕੀ ਹੋਸ਼ ਨਾਲ ਅਗਰ ਤੁਸਾਂ ਆਪਣੇ ਅਸ਼ਨੇ ਦੇ ਪੱਜਿਆਂ ਦੀ ਬਿਹਤਰ ਮੁਸਤਕਬਿਲ ਜਾਣਾ ਚਾਹੁੰਦੇ ਹੋ, ਕਿੰਨੀਆਂ ਕਬਰਾਂ ਦੇ ਦੋਸਤੋ ਇਸ ਮਗਰਾ ਡੈਮ ਵਿੱਚ 300 ਕਬਰਸਤਾਨ ਤੁਸਾਂ ਡੁੱਬੀ ਗਿਆ। ਇਹ ਮਗਰਾ ਡੈਮ ਹੈ ਜਿਹੜਾ ਇਸ ਦੀ ਆਪ ਰਹਿੰਦੀ ਕੀਤੀ 2003 ਦੇ ਵਿੱਚ, ਲੋਕਾਂ ਗ੍ਰਿਫਤਾਰੀਆਂ ਕੀਤੀਆਂ, ਕਿਸੇ ਲੋਕ ਬਾਹਰ ਨਿਕਲੇ ਤੁਸਾਂ ਨੇ ਕੋਟਸਟ ਹੈ ਤੇ ਕੋਈ ਮੁਸਲਿਮ ਕਨਫਰੰਸ ਨਾ ਸਾਡਾ, ਕੋਈ ਪੀਪਲ ਪਾਰਟੀ ਨਾ ਸਾ ਤੇ ਪੈਰਿਸਟਰ ਸੁਲਤਾਨ ਸਾਹਿਬ ਦੇ ਜਿਹੜੇ ਉਹਨਾਂ ਨੇ ਜਿਹੜੇ ਭਾਪਾ ਸਾਹਿਬ ਸਨ ਉਹ ਜਿਹੜਾ ਗਡਿਆਲ ਨਾਲ ਜਲਸਾ ਕੀਤਾ ਤੇ ਉਹਨਾਂ ਜਿੱਤਾਂ ਦੀ ਮਹਿਸੂਸ ਕਿਸ ਤਰ੍ਹਾਂ ਬਣਾਇਆ, ਉਹਨਾਂ ਜਿਹੜਾ ਪੁੱਛਿਆ ਕਿ ਚੌਧਰੀ ਸਾਹਿਬ ਦੇ ਪੀਪਲ ਪਾਰਟੀ ਕਿਸ ਤਰ੍ਹਾਂ ਬਣਾਈ, ਤੁਸਾਂ ਇਹ ਪਿੱਤਰਾਂ ਦੇ ਥੱਲੇ ਜਲਸਾ ਕੀਤਾ ਸਾਡੇ ਪੀਪਲ ਪਾਰਟੀ ਹੈ ਤੇ ਜਿਹੜੇ ਸੁਧਰਨ ਦੇ ਪੁੱਛਿਆ ਨੇ ਸਰਦਾਰ ਇਬਰਾਹਿਮ ਸਾਹਿਬ ਜੀ ਨੇ ਕਸ਼ਮੀਰ ਆਜ਼ਾਦ ਕਰਾਇਆ ਸਾ 1996 ਦੇ ਵਿੱਚ ਉਹ ਸਦਰ ਬਣਦੇ ਤੇ ਪੈਰਿਸਟਰ ਸੁਲਤਾਨ ਸਾਹਿਬ ਉਸ ਦਾ ਵਜ਼ੀਰ ਆਜ਼ਮ ਸਨ, ਹੁਣ ਸਦਰ ਹੈ ਉਹ ਤੇ ਸਰਦਾਰ ਇਬਰਾਹਿਮ ਸਾਹਿਬ ਜਿਹੜਾ ਸਦਰ ਬਣੀ ਤਾਂ ਆਏ ਤੇ ਇਹ ਜਿਹੜਾ ਰਮਲਾ ਕੋਟ ਸਟੇਡੀਅਮ ਹੈ ਜਿੱਥੇ 17 ਤਾਰੀਖ ਐਕਸ਼ਨ ਕਮੇਟੀ ਦਾ ਜਲਸਾ ਸੀ ਉੱਥੇ ਉਹਨਾਂ ਜਲਸਾ ਕੀਤਾ ਤੇ ਸਾਰੇ ਸੁਧਰ ਇਕੱਠੇ ਹੋਏ ਸੀ ਤੇ ਤਕਰੀਰ ਕਰਨੇ ਵਾਲੇ ਲੋਕੋ ਮਾੜੀ ਗੱਲ ਹੋਰ ਨਾ ਸੁਣੋ,
ਕਿ ਜਿਨ੍ਹਾਂ ਲੋਕਾਂ ਸਰਦਾਰ ਕਿਉਂ ਦੀ ਵੋਟ ਕੀਤੇ ਉਹ ਕਾਲੀਆਂ ਪੇਟਾਈਆਂ, ਮੈਂ ਜਿਨ੍ਹਾਂ ਵੀ ਨਹੀਂ ਵੋਟ ਕੀਤੇ ਉਹ ਚਿੱਟੀਆਂ ਪੇਟਾਈਆਂ। ਲੇਕਿਨ ਇਹ ਸ਼ਤਰਾਂ ਸਾਲਾਂ ਨੇ ਵੀ ਜਿਹੜੀਆਂ ਰਵਾਇਤਾਂ ਬੰਦੀਆਂ, ਅਸਾਂ ਉਹ ਰਵਾਇਤਾਂ ਤੋੜਨੇ ਆ। ਉਹਨਾਂ ਰਵਾਇਤਾਂ ਕਿਤਰੋ ਜਾਂ ਪੈਸੀ ਇਹ ਹਾਰ ਹੈ ਜਿਹੜੇ ਅਸਾਂ ਤੁਸਾਂ ਦਿਲ ਨਾਲ ਤੋੜਨੇ। ਕਿੱਥੇ ਜਾਣੇ ਬੰਦੇ ਆ ਕਿਹੜੀ ਕੱਥਰ ਦੇ ਆਣੇ ਉਹਨਾਂ ਦੀ ਅਸਾਂ ਆਣੇ ਆ। ਇਹ ਹਾਰ ਨਾ ਪਾਓ, ਇਹ ਹਾਰ ਡੰਗਰਾਂ ਹੀ ਪਾਣੇ ਹੋਣੇ ਜਿਹੜੇ ਕੁਰਬਾਨੀ ਲੱਗਣੇ ਉਹਨਾਂ ਡੰਗਰਾਂ ਕੀ ਪਾਣੇ। ਤੇ ਅਸਾਂ ਕੁਛ ਅਸਾਂ ਦਿਲਦਾਰੀ ਨਾ ਕਰਨਾ। ਇਹ ਜਿਹੜੇ ਗੁਮਰਾਨ ਹਨ ਇਹ ਹਾਰ ਤੁਸਾਂ ਕੋਲ ਪਵਾਉਣੇ ਸਨ ਤੇ ਤੁਸਾਂ ਉਹਨਾਂ ਕੀ ਪਾਣੇ ਸੀ ਉਹ ਇਸ ਵਾਰਿਆ ਕਿ ਉਹ ਤੁਸਾਂ ਦੀ ਕੁਰਬਾਨੀ ਲਾਣੇ ਸਨ, ਤੁਸਾਂ ਦੀ ਨਸਲਾਂ ਦੀ ਕੁਰਬਾਨੀ ਲਾਣੇ ਸਨ, ਤੁਸਾਂ ਹੋਰ ਚੁੱਸੇ ਸਨ ਸਾਰੇ ਲੋਕ ਇੰਗਲੈਂਡ ਗਏ ਸੀ ਤੁਸਾਂ ਦੀਆਂ ਨਸਲਾਂ ਗੈਰ ਮਹਿਸੂਸ ਹੋ ਗਈਆਂ। ਕੁੜੀਆਂ ਲੜੇ ਕਿ ਉਹ ਇੱਥੇ ਆਉਂਦੇ ਉਹਨੇ ਅਸੀਂ ਇੱਥੇ ਰਹਿਣਾ ਕੋਈ ਨਹੀਂ, ਇੱਥੇ ਬਿਜਲੀ ਕੋਈ ਨਹੀਂ, ਇੱਥੇ ਪਾਣੀ ਕੋਈ ਨਹੀਂ। ਤੁਸਾਂ ਹਾਲੇ ਤਾਂ ਇਹ ਹੀ ਹੈ ਕਿ ਜਿਹਨਾਂ ਹੁਕਮਰਾਨਾਂ ਕੀ ਤੁਸਾਂ ਇਸ ਅਸੈਂਬਲੀ ਦੇ ਵਿੱਚ ਭੇਜਦੇ ਸੀ ਉਹਨਾਂ ਤੁਸਾਂ ਕੀ ਵੇਚੀ ਛੁੜਿਆ, ਤੁਸਾਂ ਦੀ ਅਸਲੇ ਦੀ ਨਸਲਾਂ ਕੀ ਵੀ ਵੇਚੀ ਛੁੜਿਆ। ਇਸ ਮਾਰਿਆ ਕਿ ਤੁਸੀਂ ਬੇਮੈਨ ਪਾਣੀਆਂ ਵੀ ਤੱਕੀ ਸਕਦੇ ਹੋ, ਮੀਰਪੁਰ ਨੇ ਸ਼ਹਿਰੀ ਤੋਂ ਪਾਣੀ ਭਰੀ ਨਹੀਂ ਸਕਣੇ, ਪਾਣੀ ਪੀ ਨਹੀਂ ਸਕਣੇ। ਗ੍ਰੇਟਰ ਵਾਟਰ ਸਪਲਾਈ ਸਕੀਮ ਹੈ ਜਿਹੜੀ ਮੀਰਪੁਰ ਨੇ ਉਹ ਅੱਜ ਤੱਕ ਨਹੀਂ ਬਣਦੀ। ਕਿਵੇਂ ਨਹੀਂ ਬਣਦੀ? ਪੈਸੇ ਨਹੀਂ ਛੁੜਕਾਉਣ ਦਾ ਲੋਕਾਂ ਨੇ ਜ਼ੁਲਮ ਹੋਣਾ ਤੇ ਤੁਸਾਂ ਲੋਕ ਬੋਲਣੇ ਕੋਈ ਨੇ, ਨਮਾਜ਼ਾਂ ਪੜ੍ਹੋ, ਲੋਕਾਂ ਨੇ ਹੱਕ ਨੇ ਉੱਪਰ ਸਾਡਾ ਦੀਨ ਵੀ ਇਹ ਗੱਲ ਆ ਨਾ ਸਾਡਾ ਇਮਾਨ ਵੀ ਇਹ ਗੱਲ ਆ ਲਿਹਾਜ਼ਾ ਇਹ ਹੈ ਕਿ ਤੁਸੀਂ ਬਰਾਦੀਆਂ ਦੇ ਵਿੱਚੋਂ ਬਾਹਰ ਨਿਕਲੋ, ਇਲਾਕਿਆਂ ਦੇ ਵਿੱਚੋਂ ਬਾਹਰ ਨਿਕਲੋ ਔਰ ਤੁਸੀਂ ਪਹੁੰਚ ਬਣੋ, ਤੁਹਾਨੂੰ ਬਣੀ ਗਏ ਹੋ। ਲੇਕਿਨ ਉਸਕੀ ਹੁਣ ਸੰਭਾਲਣਾ ਪੈ
ਚਾਹੀਦਾ। ਇਹ ਦੇਖ ਕੇ ਬੈਂਕ ਬੋਲ ਲੱਗੇ ਵੇ, ਲੇਕਿਨ ਸਟੇਟ ਬੈਂਕ ਹੈ ਜਿਹੜਾ ਉਹ ਤੁਸਾਂ ਦੀ ਕਬੂਲ ਕਰਨ ਵਾਸਤੇ ਤਿਆਰ ਕੋਈ ਨਹੀਂ। ਇਸ ਵਜ੍ਹਾ ਕਿ 15 ਲੱਖ ਸਾਲਾ ਜਿਹੜਾ ਕਸ਼ਮੀਰੀ ਬਾਹਰ ਆ, ਜਿਹੜਾ ਕੌਣ ਦਾ ਡਾਲਰ ਭੇਜਣਾ, ਇਹ ਪਾਕਿਸਤਾਨ ਦੇ ਹੁਕਮਰਾਨ ਉਹਨਾਂ ਨੇ ਉੱਪਰ ਏਸ਼ੀਆ ਕਰਨਾ। ਇੱਦਾਂ ਭੀਖ ਮੰਗੇ ਨੂੰ ਬਕਾਰੀ ਪੂਰੀ ਦੁਨੀਆਂ ਨੂੰ ਖਾਈ ਹੈ, ਰਜਨੇ ਕੋਲ ਜੀ ਇਹਨਾਂ ਨੇ ਭੇਜ ਦਿੱਤੇ ਬੜੇ ਨੂੰ। ਤੇ ਇਹ ਹੁਣ ਜਿਹੜੇ ਕਾਸਾ ਦੇ ਸਨ, ਜਿਹੜੇ ਕਾਸਾ ਦੇ ਜਿਹੜੇ ਇੱਥੇ 53 ਟੋਲਾ ਆ, ਅਸਾਂ ਇਹਨਾਂ ਕੀ ਆਣਿਆ, ਡੰਗਰ ਡੰਗਰ ਇਸ ਵਾਰੇ ਡੰਗਰ ਹਨ ਕਿ ਡੰਗਰ ਹੈ ਜਿਹੜਾ ਉਹ ਸਿਰਫ ਘਾਹ ਖਾਣਾ ਤੇ ਮੂੜੀ ਤੇ ਕਿਆ ਕਰਨਾ, ਅਗਲੀ ਗੱਲ ਮੇਰਾ ਪਾਣਾ ਇਸ ਬਾਰੇ ਬਣਾ ਕਿ ਇਹਨਾਂ ਦੀਆਂ ਸ਼ਕਲਾਂ ਉਗਾਈਆਂ, ਇਸ ਬਾਰੇ ਇਹਨਾਂ ਦੀਆਂ ਸ਼ਕਲਾਂ ਉਗਾਈਆਂ ਕਿ ਇਹ ਵੀ ਉਹ ਕੰਮ ਕਰਨਾ ਜਿਹੜੇ ਡੰਗਰ ਕਰਨਾ, ਔਰ ਇਹਨਾਂ ਡੰਗਰਾਂ ਕੋਲੋਂ ਜਾਣ ਜਿਹੜਾ ਕਿਸ ਹੈ ਸਰਕਾਰ ਤੋਂ।
ਇਹਨਾਂ ਡੰਗਰਾਂ ਕੋਲੋਂ ਜਾਣ ਫਿਰ ਬਾਰੇ ਦਾ ਇੱਕ ਤਰੀਕਾ ਆ ਕਿ ਜਿਹੜਾ ਅਗਲੇ ਇਲੈਕਸ਼ਨ ਅੱਛਨ ਤਾਂ ਇਹਨਾਂ ਨੂੰ ਪੁੱਛੋ ਕਿ ਜਿਸ ਵੇਲੇ ਇਸ ਟੈਕਸਵਾਈ ਦੇ ਅੰਦਰ ਇਹ ਫੌਜਾ ਸ਼ਾਹ ਇਹ ਸ਼ਬੀਰ ਨੂੰ ਗਿਆ ਵੀ ਅਤੇ ਇਹ ਜਿਹੜੇ ਬਾਕੀ ਬੰਦੇ ਨੂੰ ਇੱਥੇ ਇਹ ਰਾਜਾ ਅਸਰਤ ਸਾਹਿਬ ਬਾਕੀ ਜਿਹੜੇ ਸਾਡੇ ਦੋਸਤ ਹਨ ਜਿਸਲੇ ਜੇਲ੍ਹਾਂ ਦੇ ਵਿੱਚ ਸਨ ਤਾਂ ਉਸ ਲੈ ਉੱਠਿਆ ਸੀ ਉਸਨੇ ਤਾੜੀਆਂ ਮਾਰਿਆ ਸਨ ਤਾਂ ਸਿਰ ਸਨ ਕਿ ਅਸਾਂ ਨੇ ਅੰਦਰ ਕਰੀ ਫੜਿਆ ਹੁਣ ਦੱਸਾਂ ਕਿਹੜਾ ਜਾਸੀ ਮੁਲਾਫਰਾਬਾਦ ਮੈਂ ਜਿਸ ਮੁਲਾਫਰਾਬਾਦ ਗਿਆ ਤਾਂ ਦਰਿਆ ਨੇ ਮੈਂ ਤੰਬੀ ਲਵਾਈ ਤੇ ਉਹਨਾਂ ਟਿਮਰਾਂ ਨੇ ਮੇਲਾ ਚੜਿਆ ਚੜਿਆ ਨੇ ਤੇ ਸਾਰੇ ਨਸੀ ਦੇ ਗਏ ਇਸਲਾਮਾਬਾਦ ਇਸਲਾਮਾਬਾਦ ਕਿਉਂ ਨਸੀ ਦੇ ਗਏ ਇਹ ਵੀ ਗੱਲ ਸਮਝੋ ਕਿ ਇਹ ਛਤਰਾ ਸਾਲਾਂ ਦੀ ਤੁਸੀਂ ਵੀ ਪਾਇਲ ਬਣਾਇਆ ਵਾ ਇਹਨਾਂ ਮੈਂ ਸਦਰ ਬਣੀ ਗਿਆ ਮੈਂ ਵਜ਼ੀਰ ਆਜ਼ਮ ਬਣੀ ਗਿਆ ਮੈਂ ਵਜ਼ੀਰ ਬਣੀ ਗਿਆ ਤੁਹਾਡਾ ਜਿਹੜਾ ਵਜ਼ੀਰ ਆਜ਼ਮ ਹੈ ਇਸਨੇ ਕੋਲ ਸਤਵੇਂ ਸਕੇਲ ਤੋਂ ਉੱਪਰ ਭਰਤੀ ਕਰਨ ਦਾ ਅਖਤਿਆਰ ਹੀ ਕੋਈ ਨਹੀਂ ਇਸਨੇ ਉੱਪਰ ਕੀਪ ਸੈਕਟਰੀ ਬੈਠਾ ਵਾ ਉਸਦੇ ਨਾਲ ਆਈ ਜੀ ਬੈਠਾ ਆ ਤੇ ਇਹ ਯਾਰਾਂ ਮੇਰੀ ਜਿਹੜੀ ਤਹਿਰੀਕ ਸੀ ਜਿਸਲੇ ਸ਼ੁਰੂਆਤ ਲਿੱਤੀ ਤੇ ਇਹਨਾਂ ਪਿੰਡਾਂ ਬਚਾਉਣ ਵਾਸਤੇ ਹੁਣ ਰੇਂਜਰ ਭਰਤੀ ਕਰਨ ਲੱਗੇ ਨੇ ਇੱਥੇ 1000 ਬੰਦਾ ਹੈ ਜਿਹੜਾ ਰੇਂਜਰ ਨਾ ਆਨੇ ਪਏ ਅਸਾਂ ਇਹਨਾਂ ਕੋਲ ਇਹ ਪੁੱਛਣਾ ਚਾਹੁੰਦੇ ਹਾਂ ਕਿ ਇਹ ਜਿਹੜੇ 11 ਮਈ ਕੀ ਨਸੀ ਗਏ ਸੀ ਪਬਲਿਕ ਜਿਹੜਾ ਉਹਨਾਂ ਨੇ ਨਸਾਇਆ ਤਾਂ ਉਹਨਾਂ ਦੀਆਂ ਪੈਂਟਾਂ ਮਹਿਫੂਜ਼ ਸੀਆਂ ਤੇ ਹੁਣ ਤੁਸੀਂ ਰੇਂਜਰ ਆਵੋ ਜਾਂ ਫੌਜ ਆਵੋ ਹੁਣ ਉਹਨਾਂ ਦੀਆਂ ਪੈਂਟਾਂ ਵੀ ਨਹੀਂ ਵਾਸਣ ਦੇ ਲੋਕ ਕਿਸ ਮਾਰੇ ਦੇ ਵਾਸਣ ਇਹ ਬੜੇ ਮਿਹਨਤ ਕੀਤੇ ਤੁਸੀਂ ਫੌਜ ਦੇ ਲੋਕ ਮੇਰੀ ਸ਼ੋਰੇ 6 ਸਾਲ ਲਈ ਹੈ ਤੁਸੀਂ ਲੋਕਾਂ ਦੀ ਮਾਰੀ ਮਾਰੀ ਤਾਂ ਉਹਨਾਂ ਦੀ ਨਸ਼ਟ ਪੱਟੀ ਛੋੜੀ ਲੇਕਿਨ ਹੁਣ ਇਹ ਕੌਮ ਬਰਦਾਸ਼ਤ ਨਹੀਂ ਕਰਨੀ ਇਸ ਬਾਰੇ ਬਰਦਾਸ਼ਤ ਨਹੀਂ ਕਰਨੀ ਕਿ ਤੁਸੀਂ ਚੋਰ ਹੋ ਡਾਕੂ ਹੋ ਡਿਗੇਜ ਹੋ ਤੁਸੀਂ ਔਰ ਤੁਸੀਂ ਡਾਕੂਆਂ ਦੀ ਲੋਕ ਪਛਾਣੀ ਗਏ ਆਪ ਇਹਨਾਂ ਡਾਕੂਆਂ ਨੇ ਸਾਹ ਨਾ ਵਰਤ ਹੈ ਲੇਕਿਨ ਇਹ ਸਾਹ ਬਹੁਤ ਨਹੀਂ ਦੇਣ ਲੱਗੇ ਕੀ ਨਹੀਂ ਹੋਣ ਦੇਣ ਲੱਗੇ ਕਿ ਜਿਹੜੀਆਂ ਬੜੀਆਂ ਬੜੀਆਂ ਗੱਡੀਆਂ ਹੀ ਆ ਅਸਾਂ ਇਹ ਗੱਲ ਆਉਣੇ ਹਾਂ ਕਿ ਨਵੀਂ ਮੋਟਰਸਾਈਕਲਾਂ ਪਰ ਆਉਂਦਾ ਜਾ ਇਹ ਚੰਦ ਮੋਟਰਸਾਈਕਲਾਂ ਦੇ ਉੱਪਰ ਇਹਨਾਂ ਨੂੰ ਪਤਾ ਲੱਗਿਆ ਕਿ ਸਿਆਸਤ ਆਖਣੇ ਕੈਸੀ ਹੈ ਸਿਆਸਤ ਦੀ ਇਬਾਦਤ ਨਾ ਆਇਆ ਕਿ ਜਿਸ ਤਰ੍ਹਾਂ ਅਸਾਂ ਨਮਾਜ਼ ਅਦਾ ਕਰਨੇ ਆ ਨਮਾਜ਼ ਕਾਇਮ ਕਰਨੇ ਦਾ ਹੁਕਮ ਹੈ ਇਸੇ ਤਰੀਕੇ ਨਾਲ ਸਿਆਸਤ ਵੀ ਇਬਾਦਤ ਹੈ ਕਿ ਮਖਲੂਕੇ ਖੁਦਾ ਦੀ ਖਿਦਮਤ ਕਰੋ ਉਹਨਾਂ ਦੀ ਪਾਣੀ ਦਿਓ ਉਹਨਾਂ ਦੀ ਰੋਟੀ ਦਿਓ ਉਹਨਾਂ ਨੇ ਭੂਖ ਦਿਓ ਤਾਂ ਅਸਾਂ ਇਸ ਨੇ ਆਪਣੀ ਗੋਲ ਕਰਨੇ ਆ ਕਿ ਇਸ ਦੀ ਪਹਿਨੇ ਰੋਟੀ ਦੇ ਕੱਪੜੇ ਦੇ ਨਾਮ ਤੇ ਲੁੱਟਣੇ ਨੇ ਪਾਕਿਸਤਾਨੀਆਂ ਕਿਵੇਂ ਲੁੱਟਿਆ ਨੇ ਤੇ ਤੁਸਾਂ ਕਿਵੇਂ ਲੁੱਟਿਆ ਨੇ ਤਾਂ ਹੁਣ ਅਸਾਂ ਇਸ ਨੇ ਆਪਣੀ ਗੋਲ ਕਰਨ ਲੱਗੇ ਆ ਔਰ ਅਸਾਂ ਇਹ ਕਿਆ ਗੱਲ ਰੱਖਾਂ ਕਿ ਹੁਣ ਨਹਿਰਾ ਇਹ ਉਸਦੀ ਕਸ਼ਮੀਰੀਆਂ ਨਾਲ ਕਿ ਮੰਗ ਰਿਹਾ ਹੈ ਹਰ ਇਨਸਾਨ ਪਾਣੀ ਬਿਜਲੀ ਔਰ ਮਕਾਨ ਇਹ ਨਹਿਰਾ ਹੁਣ ਉਸੀ ਔਰ ਇਹ ਨਹਿਰਾ ਗਲੀ ਕੁਚੇ ਵਿੱਚ ਜਿਹੜੇ ਲੋਕ ਵਾਸਣ ਔਰ ਇਹਨਾਂ ਕੋਲੋਂ ਪੁੱਛਣ ਕਿ ਤੁਸੀਂ 17 ਸਾਲਾਂ ਦੇ ਵਿੱਚ ਜਿਹੜਾ ਡਾਕਾ ਮਾਰਿਆ ਉਸ ਡਾਕੇ ਦਾ ਆਸਾਨ ਹੱਲ ਹੈ ਜਿਹੜਾ ਹੋਇਆ ਹੈ ਕਿ ਜਿਹੜਾ ਆਸਾਨ ਹੈ ਸਾਡਾ ਆਪਣਾ ਬੈਂਕ ਹੋਣਾ ਚਾਹੀਦਾ ਅਗਰ ਇਹ ਬੈਂਕ ਨਹੀਂ ਬਣਾਉਣੇ ਤਾਂ ਸਾਰੇ ਲੋਕਾਂ ਤੁਸਾਂ ਕੀ ਗੋਲ ਕਰਨਾ ਪਏ ਸੀ ਆਪਣੇ ਝਗੜੇ ਛੋਟੇ ਪਏ ਸਨ ਅਜ਼ਾਨ ਆਣੀ ਪਈ ਸਾਡਾ ਗੇਮ ਹੈ ਇਸ ਦੇ ਵਿੱਚ ਜਿਹੜੇ ਲੋਕ ਮੁਤਾਸਰ ਹੋਏ ਜਿਹਨਾਂ ਦੀ ਅਸਾਂ ਮੁਤਾਸਰੀ ਨੇ ਮੰਗਲਾ ਗੇਮ ਹੋਣੇ ਆ 2003 ਦੇ ਵਿੱਚ ਜਿਸ ਨੇ ਆਪ ਰੇਦੀ ਨਾ ਵਾਇਦਾ ਹੋਣਾ ਸਾ ਤੇ ਉਸ ਨੇ ਸਕੰਦਰ ਯਾਦ ਸਾਹਿਬ ਜਿਹੜੇ ਵਜ਼ੀਰ ਆਜ਼ਮ ਸੀ ਤੇ ਪਾਕਿਸਤਾਨ ਦਾ ਵਜ਼ੀਰ ਹੈ ਜਿਹੜਾ ਅਫਤਾਬ ਸ਼ਿਰਪਾਓ ਉਹ ਮੰਗਲਾ ਰੈਸਟ ਹਾਊਸ ਵਿੱਚ ਆਇਆ ਤੇ ਉਹ ਪਿੱਛੇ ਪਰਵੇਜ਼ ਮੁਸ਼ਰਫ ਕੀ ਇਹ ਗੱਲ ਬਾਈ ਦਾ ਆਏ ਕਿ ਕਸ਼ਮੀਰੀ ਹੈ ਜਿਹੜੇ ਉੱਥੇ ਇੰਤਜ਼ਾਰ ਕਰਦੇ ਉਹਨਾਂ ਨੂੰ ਰਵਾਜ਼ ਪਰਦਾਸ ਪਾਇਆ ਵਾ ਤੇ ਮੰਗਲਾ ਡੈਮ ਕਿੰਨੀ ਆਪ ਰਿਜ਼ਿਕ ਨਹੀਂ ਆਉਂਦੇ ਨੇ
ਤਾਂ ਸ਼ਰਫ ਇਹ ਗੱਲ ਆਖੀ ਅਫਤਾਰ ਖੇਲ ਪਾਉਗੀ ਕਿ ਅਗਰ ਕਸ਼ਮੀਰੀਆਂ ਕੀ ਇਹ ਇਤਰਾਜ਼ ਹੈ ਤਾਂ ਮੇਰੇ ਪੂਰੇ ਕੀ ਤਾਂ ਪੂਰੇ ਕਸ਼ਮੀਰ ਆ ਜਿਹੜਾ ਆਜ਼ਾਦ ਕਸ਼ਮੀਰ ਇਸ ਕੀ ਉਹਨਾਂ ਕੀ ਆਹੋ ਕਿ ਤੁਸਾਂ ਕੀ ਬਿਜਲੀ ਅਸਾਂ ਫ੍ਰੀ ਤੇ ਤੁਸਾਂ ਵਜ਼ੀਰ ਆਜ਼ਮ ਸਿਕੰਦਰ ਯਾਦ ਸਾਹਿਬ ਜਿਹੜੇ ਮਰੀ ਗਏ ਇਸ ਦੁਨੀਆਂ ਤੋਂ ਚਲੇ ਗਏ ਅੱਲਾਹ ਕੀ ਆਲਾ ਮੁਕਾਮ ਅਤਾ ਫਰਮਾਨ ਜਗ੍ਹਾ ਵਿੱਚ ਤੇ ਉਹਨਾਂ ਅੱਗੋਂ ਇਹ ਗੱਲ ਆਖੀ ਕਿ ਸਾਡੇ ਕੋਲ ਗੱਡੀਆਂ ਕੋਈ ਨਹੀਂ ਤੇ ਯਾਰਾਂ ਕੇ 12 ਗੱਡੀਆਂ ਕੀਤੀਆਂ ਨੇ ਤੇ ਉਸ ਵੇਲੇ 7 ਜ਼ਿਲ੍ਹੇ ਹੋਣੇ ਸਨ ਤੇ 7 ਐਂਬੂਲੈਂਸਾਂ ਕੀਤੀਆਂ ਨੇ ਉਹਨਾਂ ਆਇਆ 7 ਐਂਬੂਲੈਂਸਾਂ ਚਾਹੀਦੀਆਂ ਉਹਨਾਂ ਆਇਆ 0 ਮੀਟਰ ਕਿਲੋ 11 ਗੱਡੀਆਂ ਵੀ 0 ਮੀਟਰ ਤੇ 7 ਐਂਬੂਲੈਂਸਾਂ ਵੀ 0 ਮੀਟਰ ਤੇ ਉਸ ਤੋਂ ਬਾਅਦ ਉਹਨਾਂ ਪੁੱਛਿਆ ਕਿ ਸਰਦਾਰ ਸਾਹਿਬ ਹੋਰ ਕੋਈ ਸਾਡੇ ਦਾ ਹੁਕਮ ਤਾਂ ਉਹਨਾਂ ਆਇਆ ਜਨਾਬ ਚਾਹ ਪੀ ਉਹਦਾ ਦਵਾ ਇਹ ਹੈ ਸਾਡੇ ਹੁਕਮਰਾਨਾਂ ਦੀ ਹਾਲਤ ਜਿੰਨਾ ਕਿ ਅਸਾਂ ਸਰਦਾਰ ਜਮਹੂਰੀਅਤ ਤੇ ਪਤਾ ਨਹੀਂ ਗਾਜ਼ੀ ਇਹ ਮਿਲਤ ਤੇ ਪਤਾ ਨਹੀਂ ਕਿਆ ਕਿਆ ਬਣ ਰਹੇ ਹਾਂ ਤੇ ਇਹ ਸਾਰੇ ਝੂਠੇ ਦੇ ਉੱਪਰ ਸਨ ਤੇ ਇਹ ਜਿਹੜੇ ਆਪ ਰਜ਼ੀ ਨਾ ਮਾਮਲਾ ਹੈ ਇੱਥੇ ਜਿਹੜੇ ਮੁਤਾਸਰੀਨ ਇਹਨਾਂ ਨੇ ਜਿਹੜੇ ਪੜਾ ਕੇ ਇਹ ਮਨਸੂਖ ਹੋਏ ਪਿਛਲੇ 10-12 ਸਾਲ ਸੀ ਔਰ ਇੱਥੇ ਦਾ ਜਿਹੜਾ ਵਜ਼ੀਰ ਹੈ ਉਸ ਵੀ ਅਸਾਂ ਇਹ ਗੱਲ ਪਾਉਣਾ ਚਾਹੁੰਦੇ ਹਾਂ ਕਿ ਮੁਤਾਸਰੀਨ ਇਹ ਮੰਗਲਾ ਡੈਮ ਇਹ ਜਿਹੜੇ ਚਿਕ ਸਵਾਰੀ ਦੇ ਲੋਕ ਹਨ ਉਹਨਾਂ ਦੀ ਕਣੇ ਪਦਾਰਥ ਦਿੱਤੇ ਜਾਣ ਨਹੀਂ ਤੇ ਫਿਰ ਅਸਾਂ ਜਿਹੜੇ ਤੁਸਾਂ ਪੁਰਾਤ ਖਾਧੇ ਉਹ ਵੀ ਅਸਾਂ ਵਾਸਾਂ ਲੋਕਾਂ ਤੋਂ ਕਿਹੜੇ ਕਿਹੜੇ ਖਾਧੇ ਉਹ ਇੱਥੇ ਦੇ ਵਜ਼ੀਰ ਆਜ਼ਮ ਖਾਧੇ ਜਾਂ ਇੱਥੇ ਦੇ ਵਜ਼ੀਰ ਖਾਧੇ ਜਾਂ ਮੀਰਪੁਰ ਨੇ ਖਾਧੇ ਜਾਂ ਰਾਣਾਕੋਟ ਨੇ ਖਾਧੇ ਜਾਂ ਮੁਜ਼ਫਰਾਬਾਦ ਨੇ ਖਾਧੇ ਉਹ ਵੀ ਫਿਰ ਅਸਾਂ ਤੁਸਾਂ ਦੀ ਵਾਸਾਂ ਇਸ ਤਰ੍ਹਾਂ ਵੀ ਅਸਾਂ ਤਹਿਕੀਕ ਕਰਦੇ ਹਾਂ ਆਖਰੀ ਗੱਲ ਤੁਸਾਂ ਕੋਈ ਆਖੀ ਤਾਂ ਮੈਂ ਅਜਾਜ਼ਤ ਕੇ ਇਨਸਾਨ ਕਿ ਇੱਥੇ ਮੀਰਪੁਰ ਦੇ ਅੰਦਰ ਅੱਜ ਕੱਲ੍ਹ ਇੱਕ ਤਹਿਰੀਕ ਚੱਲੀ ਪਈ ਕਿ ਏਅਰਪੋਰਟ ਆਉਣਾ ਚਾਹੀਦਾ ਤੇ ਏਅਰਪੋਰਟ ਬਿਲਕੁਲ ਹੋਣਾ ਚਾਹੀਦਾ ਪਿਛਲੇ 10-15 ਸਾਲਾਂ ਦੀ ਲੋਕ ਪਾਉਣੇ ਲੇਕਿਨ ਏਅਰਪੋਰਟ ਕਿੰਨੇ ਵਾਸਤੇ ਤੁਸਾਂ ਕੀ ਜਿਸ ਤਰ੍ਹਾਂ ਕੌਮ ਬਣਦੇ ਹੋ ਤੇ ਤੁਸਾਂ ਕੀ ਫਿਰ ਸਾਬਤ ਕਰਨਾ ਪੈ ਸੀ ਕਿ ਅਸਾਂ ਕਸ਼ਮੀਰੀ ਹਾਂ ਤੇ ਕਸ਼ਮੀਰੀਆਂ ਦਾ ਰਾਜਾ ਏਅਰਪੋਰਟ ਹੋਣਾ ਚਾਹੀਦਾ ਤਾਂ ਲੱਗੀ ਨਹੀਂ ਲੱਗੀ ਨੇ ਲੱਭਣ ਵਾਲਾ ਲਿਆਜ਼ਾ ਇਹ ਹੈ ਕਿ ਤੁਸਾਂ ਸਾਰੇ ਬਰਾਦਰੀਆਂ ਇਲਾਕਿਆਂ ਦੇ ਵਿੱਚੋਂ ਟੱਬਰਾਂ ਵਿੱਚੋਂ ਬਾਹਰ ਨਿਕਲੀ ਗਏ ਹੋ ਤੇ ਹੁਣ ਤੁਸਾਂ ਕੀ ਬੈਸੀਅਤ ਕਸ਼ਮੀਰੀ ਕੌਮ ਆਪਣਾ ਫਰਜ਼ ਅਦਾ ਕਰਨਾ ਪੈ ਸੀ ਉਹ ਭਾਵੇਂ ਇੰਨਾ ਤੁਸਾਂ ਦਾ ਖਸਿਆ ਵਾ ਤਾਂ ਭਾਵੇਂ ਤੁਸਾਂ ਹੋਰ ਖਸਿਆ ਵਾ ਉਸਨੇ ਕੋਲੋਂ ਹੱਕ ਕਿੰਨਾ ਪਿਆ ਸੀ ਔਰ ਅਗਰ ਹੱਕ ਤੁਸਾਂ ਕੇ ਸੋ ਤੇ ਤੁਸਾਂ ਇਸ ਨੇ ਦੀ ਜਿਹੜੀ ਨਸਲ ਹੈ ਉਹ ਤੁਸਾਂ ਕੀ ਦੁਆ ਵੀ ਦੇ ਸੀ ਤਾਂ ਉਸ ਨਾਲ ਮੁਸਤਕਬਿਲ ਵੀ ਬਿਹਤਰੀਨ ਹੋ ਸੀ ਆਖਰ ਉੱਪਰ ਇੱਕ ਸ਼ੇਰ ਦੇ ਨਾਲ ਇਜਾਜ਼ਤ ਕੇ ਸੌਂ ਕਿ ਹਜ਼ਾਰ ਦਸ ਬੜੇ ਲਾਖ ਅਫਤਾਬ ਉਭਰੇ ਜ਼ਮੀਨ ਤੇ ਗਰਦ ਪਲਕ ਤੇ ਨਮੀ ਨਾ ਆਈ ਕਹਾਂ ਕਹਾਂ ਨਾ ਰੁਕਾ ਕਾਫਲਾ ਹਮ ਫਕੀਰੋਂ ਕਾ ਮਤਾਏ ਕਰਦ ਮੈਂ ਲੇਕਿਨ ਕਮੀ ਨਹੀਂ ਆਈ ਬਹੁਤ ਸ਼ੁਕਰੀਆ।